ਹੈ ਕਿ ਜੀ ਅਸੀਂ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਦੀ ਤੁਹਾਨੂੰ ਸਬਸਿਡੀ ਦੇਵਾਂਗੇ ਟਰੈਕਟਰ ਦੇ ਉੱਤੇ। ਹਾਂਜੀ, ਇਹਦੇ ਅੰਦਰ ਮਿਲਤ ਦਾ ਅਤੇ ਗਾਜ਼ੀ ਦਾ ਟਰੈਕਟਰ ਹੋਏਗਾ। ਤਰੀਕਾਕਾਰ ਤਾਂ ਇਹ ਹੈ ਕਿ ਕਿਸਾਨ ਦੇ ਕੋਲ ਹੋਏ ਕਿਸਾਨ ਕਾਰਡ, ਕਿਸਾਨ ਕਾਰਡ ਦੀ ਸ਼ਰਤ ਇਹ ਹੈ ਕਿ ਤੁਹਾਡੇ ਕੋਲ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਜ਼ਮੀਨ ਹੋਣੀ ਚਾਹੀਦੀ ਹੈ। ਅੱਛਾ ਜੀ ਦੋਸਤੋ, ਅਸੀਂ ਮੌਜੂਦ ਹਾਂ ਜੀ ਕੈਪੀਟਲ ਟਰੈਕਟਰ ਲਾਹੌਰ, ਅਤੇ ਕਾਫੀ ਦੋਸਤ ਕਮੈਂਟ ਕਰ ਰਹੇ ਸੀ, ਕੰਪਨੀ ਦਾ ਵੀ ਨੋਟੀਫਿਕੇਸ਼ਨ ਆਇਆ ਜੀ 15 ਲੱਖ ਰੁਪਇਆ ਬੱਚਤ ਅਤੇ ਟਰੈਕਟਰ ਕੰਪਨੀ ਦੇਵੇਗੀ, ਮਿਲਿਆ ਟਰੈਕਟਰ, ਇਹਨਾਂ ਨੋਟੀਫਿਕੇਸ਼ਨ ਦਿੱਤਾ ਜੀ। ਬਾਕੀ ਭਾਈ ਹੋਣੀ ਸਾਡੇ ਨਾਲ ਮੌਜੂਦ ਨੇ ਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਭਾਜੀ, ਕੀ ਹਾਲ, ਠੀਕ ਠਾਕ ਹੋ? ਅਲਹਮਦੁਲਿਲਾ ਜਨਾਬ ਜੀ, ਅਸੀਂ ਮਿਲਿਆ ਟਰੈਕਟਰ ਦੇ ਬਾਗ ਤੇ ਡੀਲਰ ਹਾਂ ਪਿੰਡੀ ਦੇ ਵਿੱਚ ਜੀ। ਸਾਡਾ ਉੱਥੇ ਸ਼ੋਰੂਮ ਹੈਗਾ ਸੈਗਲ ਮੋਟਰ ਦੇ ਨਾਂ ਤੋਂ, ਅਤੇ ਇੱਥੇ ਲਾਹੌਰ ਦੇ ਵਿੱਚ ਅਸੀਂ ਜ਼ਰਾਈ ਹਾਲਾਤ ਬਣਾ ਰਹੇ ਹਾਂ ਅਤੇ ਟਰੈਕਟਰਾਂ ਦਾ ਵੀ ਕੰਮ ਕਰ ਰਹੇ ਹਾਂ, ਅਤੇ ਸਾਡਾ ਇੱਥੇ ਨਾਂ ਹੈ ਜੀ ਕੈਪੀਟਲ ਟਰੈਕਟਰ। ਅੱਛਾ, ਅਤੇ ਭਾਜੀ ਮਜ਼ੀਦ ਅੱਜ ਕੱਲ੍ਹ ਬੜੀ ਜ਼ਮੀਨਦਾਰ ਦੀ ਕੋਸ਼ਿਸ਼ ਹੈ, ਗ੍ਰੀਨ ਟਰੈਕਟਰ ਸਕੀਮ ਬੜਾ ਧੂਮ ਮਚੀ ਹੈ, ਅਤੇ ਇਸ ਬਾਰੇ ਦੇਲ ਦਿਓ, ਜ਼ਮੀਨਦਾਰ ਨੂੰ ਕਿਵੇਂ ਟਰੈਕਟਰ ਮਿਲ ਸਕਦੇ ਨੇ, ਕੀ ਤਰੀਕਾਕਾਰ ਹੈ? ਸਰ ਜੀ, ਇਹਦਾ ਸਭ ਤੋਂ ਪਹਿਲਾ ਤਰੀਕਾਕਾਰ ਤਾਂ ਇਹ ਹੈ ਕਿ ਕਿਸਾਨ ਦੇ ਕੋਲ ਹੋਏ ਕਿਸਾਨ ਕਾਰਡ, ਕਿਸਾਨ ਕਾਰਡ ਦੀ ਸ਼ਰਤ ਇਹ ਹੈ ਕਿ ਤੁਹਾਡੇ ਕੋਲ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਜ਼ਮੀਨ ਹੋਣੀ ਚਾਹੀਦੀ ਹੈ ਆਪਣੇ ਨਾਂ 'ਤੇ, ਅਤੇ ਜਿਸ ਨਾਂ 'ਤੇ ਮਤਲਬ ਕਿਸਾਨ ਕਾਰਡ ਬਣੇਗਾ। ਹਾਂਜੀ ਹਾਂਜੀ। ਅਤੇ ਨਾਲੇ ਤੁਹਾਡੇ ਕੋਲ ਇੱਕ ਸਿਮ ਹੋਣੀ ਚਾਹੀਦੀ ਹੈ ਤੁਹਾਡੀ, ਉਹ ਵੀ ਤੁਹਾਡੇ ਨਾਂ 'ਤੇ ਹੋਏ। ਅੱਛਾ, ਉਹਦੇ 'ਤੇ 8070 ਦੇ ਤੁਸੀਂ SMS ਕਰੋਗੇ ਆਪਣਾ ਸ਼ਨਾਖਤੀ ਕਾਰਡ ਨੰਬਰ, ਉਹਦੇ ਤੋਂ ਉਹ ਤਸਦੀਕ ਕਰਨਗੇ ਫਰਦ ਦੀ, ਹਰ ਸ਼ੈ ਦੀ, ਤੁਹਾਡੇ ਸ਼ਨਾਖਤੀ ਕਾਰਡ ਦੀ, ਸ਼ਨਾਖਤੀ ਕਾਰਡ ਵੀ ਤੁਹਾਡਾ ਐਕਸਪਾਇਰ ਨਾ ਹੋਏ, ਹਾਂਜੀ, ਕਿ ਬਿਲਕੁਲ ਠੀਕ ਹੋਏ। ਅਤੇ ਉਹਦੇ ਬਾਅਦ ਤੁਸੀਂ ਜੇ ਤੁਹਾਨੂੰ ਮੈਸੇਜ ਆ ਜਾਂਦਾ ਕਿ ਤੁਸੀਂ ਇਹ ਲਓ ਕਿਸਾਨ ਕਾਰਡ 'ਤੇ, ਅਤੇ ਤੁਸੀਂ ਕਰੀਬੀ ਬੈਂਕ ਆਫ ਪੰਜਾਬ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾਓ, ਉੱਥੇ ਉਹ ਬਾਇਓਮੈਟ੍ਰਿਕ ਅਤੇ ਆਪਣੀ ਫਰਦ ਵੀ ਲੈ ਜਾਓ, ਆਪਣਾ ਸ਼ਨਾਖਤੀ ਕਾਰਡ ਵੀ ਲੈ ਜਾਓ, ਉਹ ਸਿਮ ਵੀ ਲੈ ਜਾਓ ਜਿਹਦੇ 'ਤੇ SMS ਆਇਆ, ਉੱਥੇ ਤੁਹਾਡੀ ਉਹ ਤਸਦੀਕ ਕਰਨਗੇ, ਔਰ ਅਤੇ ਉੱਧਰੋਂ ਤੁਹਾਨੂੰ ਆਪਣਾ ਕਿਸਾਨ ਕਾਰਡ ਮਿਲ ਜਾਏਗਾ। ਅੱਛਾ, ਕਿਸਾਨ ਕਾਰਡ ਦੇ ਨਾਲ ਸਿਰਫ ਗ੍ਰੀਨ ਟਰੈਕਟਰ ਦੀ ਸਹੂਲਤ ਨਹੀਂ ਹੈ, ਤੁਹਾਨੂੰ ਉਹਦੇ 'ਤੇ ਕਰਜ਼ਾ ਵੀ ਮਿਲਦਾ 30,000 ਰੁਪਏ ਏਕੜ। ਅੱਛਾ ਅੱਛਾ। ਅਤੇ ਉਹਦੇ ਉਹ ਕਰਜ਼ੇ ਨਾਲ ਤੁਸੀਂ ਮਤਲਬ ਕਢਾ ਨਹੀਂ ਸਕਦੇ ਪੈਸੇ, ਲੇਕਿਨ ਉਹਨਾਂ ਨੇ ਖਾਦ ਵਾਸਤੇ, ਬੀਜ ਵਾਸਤੇ ਮੁਖਤਲਿਫ ਦੁਕਾਨਾਂ ਰੱਖੀਆਂ, ਜੇ ਉੱਥੇ ਤੁਸੀਂ ਨਾ ਆਪਣਾ ਉਹ ਇਸਤੇਮਾਲ ਕਰ ਸਕਦੇ ਹੋ ਖਾਦ ਬੀਜ ਲੈਣ ਵਾਸਤੇ ਗੌਰਮੈਂਟ ਰੇਟ 'ਤੇ। ਹਾਂਜੀ। ਉਹਦੇ ਇਲਾਵਾ ਤੁਸੀਂ ਇਹਦੇ 'ਤੇ ਗ੍ਰੀਨ ਟਰੈਕਟਰ ਸਕੀਮ ਵਾਸਤੇ ਵੀ ਇਹ ਲਾਜ਼ਮੀ ਹੈ, ਤੁਸੀਂ ਕਿਸਾਨ ਕਾਰਡ ਲੈ ਲਓਗੇ ਅਤੇ ਫਿਰ ਗ੍ਰੀਨ ਟਰੈਕਟਰ ਸਕੀਮ ਵਾਸਤੇ ਵੀ ਤੁਸੀਂ ਐਪਲੀਕੇਬਲ ਹੋ ਜਾਓਗੇ। ਲੇਕਿਨ ਗ੍ਰੀਨ ਟਰੈਕਟਰ ਸਕੀਮ ਦਾ ਇਹ ਹੈਗਾ ਕਿ ਕਿਸਾਨ ਕਾਰਡ ਤੋਂ ਇਲਾਵਾ ਤੁਹਾਡੇ ਕੋਲ ਕਮ ਅਜ਼ ਕਮ 5 ਏਕੜ ਜ਼ਮੀਨ ਆਪਣੇ ਨਾਂ 'ਤੇ ਹੋਣੀ ਚਾਹੀਦੀ ਹੈ ਤੁਹਾਡੇ। ਅੱਛਾ ਅੱਛਾ। ਕਮ ਅਜ਼ ਕਮ 5 ਏਕੜ ਜ਼ਮੀਨ ਹੋਏਗੀ ਅਤੇ ਉਹਦੇ ਬਾਅਦ ਤੁਸੀਂ ਗ੍ਰੀਨ ਟਰੈਕਟਰ ਸਕੀਮ ਵਾਸਤੇ ਅਪਲਾਈ ਕਰੋਗੇ। ਗ੍ਰੀਨ ਟਰੈਕਟਰ ਸਕੀਮ ਦਾ ਅਜੇ ਉਹਨਾਂ ਉਹ ਨਹੀਂ ਦਿੱਤਾ ਤਰੀਕਾਕਾਰ, ਲੇਕਿਨ ਉਹਨਾਂ ਦੱਸ ਦਿੱਤਾ ਕਿ ਜੀ ਅਸੀਂ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਦੀ ਤੁਹਾਨੂੰ ਸਬਸਿਡੀ ਦੇਵਾਂਗੇ ਟਰੈਕਟਰ ਦੇ ਉੱਤੇ। ਇਹਦੇ ਅੰਦਰ ਮਿਲਤ ਦਾ ਅਤੇ ਗਾਜ਼ੀ ਦਾ ਟਰੈਕਟਰ ਹੋਏਗਾ, ਹੋਰ ਕੋਈ ਟਰੈਕਟਰ ਨਹੀਂ ਹੈ। ਠੀਕ ਹੈ। ਅਤੇ ਉਹਦੇ ਬਾਅਦ ਤੁਹਾਡੇ 20,000 ਟਰੈਕਟਰ ਦੇਣਗੇ, ਹੈ ਉਹ ਫਿਰ ਕੁਰਾਨਦਾਜ਼ੀ ਕਰਨਗੇ ਕਿ 20,000 ਕਿਹੜੇ ਖੁਸ਼ ਨਸੀਬ ਬੰਦੇ ਨੇ, ਅਤੇ ਉਹ ਕਹਿੰਦੇ ਨੇ ਅਸੀਂ 5 ਲੱਖ ਕਿਸਾਨ ਕਾਰਡ ਬਣਾ ਰਹੇ ਹਾਂ, ਮਤਲਬ 5 ਲੱਖ ਬੰਦੇ ਇਹਦੇ ਵਿੱਚ ਕੁਰਾਨਦਾਜ਼ੀ ਦੇ ਵਿੱਚ ਆਣਗੇ ਜੀ ਜੀ। ਅਤੇ ਉਹਦੇ ਬਾਅਦ ਤੁਸੀਂ ਮਤਲਬ ਕਿ ਟਰੈਕਟਰ ਤੁਸੀਂ ਜਦੋਂ ਤੁਹਾਡਾ ਨਾਂ ਨਿਕਲ ਆਏਗਾ ਬੈਂਕ ਆਫ ਪੰਜਾਬ ਤੁਹਾਨੂੰ ਦੱਸ ਦੇਗਾ, ਫਿਰ ਤੁਸੀਂ ਉਹ ਨੋਟੀਫਿਕੇਸ਼ਨ ਲੈ ਕੇ ਸਾਡੇ ਕੋਲ ਆ ਜਾਓਗੇ ਅਤੇ ਤੁਹਾਡਾ ਟਰੈਕਟਰ ਤੁਹਾਨੂੰ ਅਸੀਂ ਦੇ ਦਿਆਂਗੇ। ਠੀਕ ਕਰਾ ਕੇ ਦੇਖੋ ਜੀ, ਕੰਪਨੀ ਨੇ ਆਪਣੇ ਪੇਜ 'ਤੇ ਕੱਲ੍ਹ ਇਸ਼ਤਿਹਾਰ ਦਿੱਤਾ ਬਕਾਇਆ ਤੌਰ 'ਤੇ ਜੀ 15 ਲੱਖ ਰੁਪਏ ਦੀ ਬੱਚਤ ਦੇਵਾਂਗੇ, ਅਤੇ ਮਜ਼ੀਦ ਡਿਟੇਲ ਵਾਸਤੇ ਆਪਣੇ ਮਤਲਬ ਕਰੀਬੀ ਸਾਡੇ ਔਥਰਾਈਜ਼ ਡੀਲਰਾਂ ਕੋਲ ਰਾਬਤਾ ਕਰੋ। ਬਿਲਕੁਲ, ਤੁਸੀਂ ਵੀ ਔਥਰਾਈਜ਼ ਡੀਲਰ ਹੋ, ਅਸੀਂ ਤਾਂ ਤੁਹਾਡੇ ਕੋਲ ਪਹੁੰਚੇ, ਸਾਡੇ ਜ਼ਿਮੀਂਦਾਰਾਂ ਦੇ ਬਹੁਤ ਅੱਛੇ ਤੁਸੀਂ ਹੈਲਪ ਕੀਤੀ, ਦੱਸਿਆ ਤਰੀਕਾਕਾਰ ਸਾਰਾ। ਬਿਲਕੁਲ। ਅਤੇ ਜਿਹੜੇ ਮਜ਼ੀਦ ਜਿਹਨਾਂ ਠੇਕੇ 'ਤੇ ਲਈ ਜ਼ਮੀਨ, ਉਹਨਾਂ ਦਾ ਕੀ ਬਣੇਗਾ ਜੀ? ਉਹਨਾਂ ਦਾ ਕੁਝ ਵੀ ਨਹੀਂ ਬਣੇਗਾ, ਕਿਉਂਕਿ ਉਹਨਾਂ ਦੇ ਨਾਂ 'ਤੇ ਜ਼ਮੀਨ ਕੋਈ ਨਹੀਂ, ਇਹਦੀ ਸ਼ਰਤ ਹੈ ਕਿ ਕਮ ਅਜ਼ ਕਮ 5 ਏਕੜ ਤੁਹਾਡੇ ਨਾਂ 'ਤੇ ਹੋਏ।
ਕਿਉਂਕਿ ਗਵਰਨਮੈਂਟ ਨੂੰ ਕੰਪਨੀ ਨੂੰ ਸਿਕਿਉਰਿਟੀ ਚਾਹੀਦੀ ਹੈ ਕਿਉਂਕਿ ਉਹ ਟਰੈਕਟਰ ਸਬਸਿਡਾਈਜ਼ ਕਰ ਰਹੇ ਨੇ ਤੇ ਨਾਲੇ ਉਹਨਾਂ ਦੇ ਹਿਸਾਬ ਨਾਲ 1 ਏਕੜ ਜਿਹਦੇ ਕੋਲ ਜ਼ਮੀਨ ਹੈ ਜਾਂ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਤੇ ਉਹਨੂੰ ਟਰੈਕਟਰ ਦੀ ਲੋੜ ਕੋਈ ਨਹੀਂ ਤੇ ਉਹ ਕਹਿੰਦੇ ਨੇ ਕਮ ਅਜ਼ ਕਮ ਜਿਹਦੇ ਕੋਲ 5 ਏਕੜ ਹੋਏ ਤੇ ਉਹਨੂੰ ਲੋੜ ਹੈ ਤੇ ਅਸੀਂ ਉਹਨੂੰ ਟਰੈਕਟਰ ਦਈਏ ਤਾਂ ਕਿ ਟਰੈਕਟਰ ਮਿਸਯੂਜ਼ ਨਾ ਹੋਏ। ਹਾਂਜੀ, ਇਹ ਨਾ ਹੋਏ ਕਿ ਕੋਈ ਬੰਦਾ ਹਾਊਸਿੰਗ ਸੁਸਾਇਟੀ ਦੇ ਵਿੱਚ ਇਸਤੇਮਾਲ ਕਰ ਰਿਹਾ ਜਾਂ ਸੜਕਾਂ ਸਾਫ਼ ਕਰਨ ਵਾਸਤੇ ਇਸਤੇਮਾਲ ਕਰ ਰਿਹਾ, ਕਿਸਾਨ ਨੂੰ ਉਹਦਾ ਟਰੈਕਟਰ ਪਹੁੰਚੇ। ਵੇਖੋ ਜੀ, ਇਹ ਜਿਹੜੀ ਪਾਕਿਸਤਾਨ, ਤੁਹਾਨੂੰ ਪਤਾ ਪਾਕਿਸਤਾਨੀ ਕਿਵੇਂ ਦੇ ਨੇ, ਇਹ ਬੜੇ ਬੜੇ ਜਗਾੜ ਕੱਢ ਲੈਂਦੇ, ਇੱਥੇ ਘੁੰਮਣ ਨੂੰ ਵੀ ਪਤਾ ਲੱਗ ਗਿਆ ਵੀ ਇਹ ਪਾਕਿਸਤਾਨੀ ਜਗਾੜ ਕੱਢਦੇ ਨੇ, ਅਤੇ ਉਹਨਾਂ ਨੂੰ ਦੱਸਿਆ ਨਾ ਵੀ ਤੁਸੀਂ ਪੈਸੇ ਉਂਝ ਕਢਾ ਨਹੀਂ ਸਕਦੇ, ਜ਼ਰੂਰਤ ਦੀ ਸ਼ਾਵਾਂ ਹੀ ਖਰੀਦੋਗੇ। ਇਹ ਬੜੀ ਅੱਛੀ ਕਾਵਿਸ਼ ਅਗਰ ਇਹਦੇ 'ਤੇ ਅਮਲ ਦਰਾਮਦ ਹੁੰਦਾ ਹੈ ਤਾਂ। ਬਿਲਕੁਲ ਸਰ, ਇੱਕ ਹੋਰ ਵੀ ਸਵਾਲ ਆ ਕਿ ਜਿਹਨਾਂ ਲੋਕਾਂ ਨੇ 7% ਲਿਆ ਆ ਪਹਿਲੇ ਤੋਂ ਟਰੈਕਟਰ ਲਿਆ, ਕਿਆ ਉਹ ਲੋਕ ਅਪਲਾਈ ਕਰ ਸਕਦੇ ਨੇ ਵਿੱਚ? ਨਹੀਂ ਜੀ, ਜਿਨ੍ਹਾਂ ਨੇ 7% ਤੇ ਟਰੈਕਟਰ ਲਿਆ ਤੇ ਜਿਹੜੇ ਲੋਕੀ ਡਿਫਾਲਟ ਕੀਤੇ ਨੇ ਕਿਸੇ ਵੀ ਬੈਂਕ ਦੇ ਲੋਨ ਦੇ ਵਿੱਚ, ਉਹ ਟਰੈਕਟਰ ਨਹੀਂ ਲੈ ਸਕਦੇ, ਉਹ ਨਹੀਂ ਲੈ ਸਕਦੇ। ਇਹ ਗੱਲ ਤੇ ਮਜ਼ੀਦ ਇੱਕ ਸਵਾਲ ਹੈ, ਕਾਫੀ ਬੰਦੇ ਕਮੈਂਟ ਕੀਤੇ ਨੇ ਕਿ ਜਿਨ੍ਹਾਂ ਦੇ 12 ਏਕੜ ਤੋਂ ਜ਼ਿਆਦਾ ਰਕਬਾ ਹੈ ਉਹ ਵੀ ਅਹਿਲ ਹੈ ਨੇ ਆ ਗ੍ਰੀਨ ਟਰੈਕਟਰ ਸਕੀਮ ਵਾਸਤੇ। ਵੇਖੋ, ਉਹ ਗ੍ਰੀਨ ਟਰੈਕਟਰ ਸਕੀਮ ਵਾਸਤੇ ਇਸ ਵਜ੍ਹਾ ਤੋਂ ਅਹਿਲ ਨਹੀਂ ਹੈਗੇ ਕਿਉਂਕਿ ਉਹਨਾਂ ਦਾ ਕਿਸਾਨ ਕਾਰਡ ਨਹੀਂ ਬਣੇਗਾ। ਜੇ ਤੇ ਉਹਨਾਂ ਦਾ ਕਿਸਾਨ ਕਾਰਡ ਬਣ ਜਾਂਦਾ ਹੈ ਫਿਰ ਉਹ ਗ੍ਰੀਨ ਟਰੈਕਟਰ ਸਕੀਮ ਦੇ ਅਹਿਲ ਨੇ, ਲੇਕਿਨ ਕਿਸਾਨ ਕਾਰਡ ਬਣੇਗਾ ਹੀ ਨਹੀਂ 12.5 ਏਕੜ ਤੋਂ ਉੱਤੇ, ਉਹ ਇੱਕ ਕਿਸਮ ਦੇ ਅਹਿਲ ਨਹੀਂ ਹੈਗੇ। ਠੀਕ ਹੈ, ਕਈ ਸਾਡੇ ਬਜ਼ੁਰਗ ਨੇ ਕਹਿ ਰਹੇ ਨੇ ਸਾਡਾ ਪਹਿਲਾਂ ਵੀ ਕਿਸਾਨ ਕਾਰਡ ਬਣਿਆ, ਉਹ ਵੀ ਕੀ ਐਕਟਿਵ ਹੋ ਸਕਦਾ ਜਾਂ ਦੁਬਾਰਾ ਨਵਾਂ ਰੀਨਿਊ ਕਰਨਾ ਪਏਗਾ? ਨਹੀਂ ਜੀ, ਉਹ ਰੀਨਿਊ ਕਰਨਾ ਪਏਗਾ, ਇਹਦੀ ਐਕਸਪਾਇਰੀ ਡੇਟ ਹੁੰਦੀ ਹੈ। ਜਿਹੜਾ ਕਾਰਡ ਹੈ 2024-2025 ਵਾਸਤੇ ਤੁਹਾਡਾ ਬਣ ਰਿਹਾ, ਤੁਹਾਡਾ 30 ਜੂਨ 2025 ਤੱਕ ਦਾ ਕਾਰਡ ਹੈ, ਉਹਦੇ ਬਾਅਦ ਤੁਹਾਨੂੰ ਰੀਨਿਊ ਕਰਨਾ ਪਏਗਾ। ਜੇ ਤੇ ਗਵਰਨਮੈਂਟ ਤੁਹਾਨੂੰ ਰੀਨਿਊ ਕਰ ਦਿੰਦੀ ਹੈ ਤੇ ਫਿਰ ਤੇ ਤੁਸੀਂ ਇਹ ਲੋ ਬਿਲਕੁਲ। ਅੱਛਾ ਅੱਛਾ, ਮਤਲਬ ਕੰਪਨੀ ਨੇ ਕਿਹਾ ਜੀ 15 ਲੱਖ ਰੁਪਏ ਤੁਹਾਨੂੰ ਸਬਸਿਡੀ ਦੇਵਾਂਗੇ, ਯਾਨੀ ਕਿ 1 ਲੱਖ। ਇਹ ਗੱਲ ਮੈਂ ਦੱਸ ਦਿਆਂ, 15 ਲੱਖ ਹਰ ਕਿਸੇ ਨੂੰ ਨਹੀਂ ਮਿਲੇਗੀ, ਉਹਨਾਂ ਕਿਹਾ ਜੀ ਜ਼ਿਆਦਾ ਤੋਂ ਜ਼ਿਆਦਾ 15 ਲੱਖ, ਕਿਉਂਕਿ ਉਹ ਵੇਖਣਗੇ ਕਿ ਇਹਨਾਂ ਦਾ ਮਤਲਬ 1 ਏਕੜ ਦਾ ਕੀ ਹਿਸਾਬ ਹੈ, ਬਕਾਇਆ ਆਪਣੀ ਅਕਾਊਂਟਸ ਵਗੈਰਾ ਤੁਹਾਡੇ ਉਹ ਚੈੱਕ ਕਰਨਗੇ, ਨਾਦਰਾ ਚੈੱਕ ਕਰੇਗੀ, ਲੈਂਡ ਰੈਵਿਊ ਚੈੱਕ ਕਰੇਗੀ, ਤੇ ਉਹਦੇ ਬਾਅਦ ਉਹ ਡਿਸਾਈਡ ਕਰੇਗੀ ਕਿ 15 ਲੱਖ ਮਿਲੇਗਾ, 13 ਲੱਖ ਮਿਲੇਗਾ, 10 ਲੱਖ ਮਿਲੇਗਾ, ਤੇ ਉਹ ਉਸ ਟਾਈਮ ਡਿਸਾਈਡ ਹੋਏਗਾ। ਠੀਕ ਹੋ ਗਿਆ। ਅੱਛਾ ਭਾਈ, ਇਹਨੇ ਮਜ਼ੀਦ ਇਸ ਇਲਾਵਾ ਇਹ ਦੱਸੋ ਜੀ, ਅਗਰ ਕੋਈ ਜ਼ਿਮੀਂਦਾਰ ਚਾਹੁੰਦਾ ਵਾ ਟਰੈਕਟਰ ਮੈਂ 85 ਲੈਣਾ ਹੈ, ਉਹ ਕਿਵੇਂ ਮੁਨਤਖਬ ਕਰ ਸਕੇ, ਕਿਹੜਾ ਉਹਨੂੰ ਟਰੈਕਟਰ ਮਿਲੇਗਾ? ਜੀ, ਅਜੇ ਇਹਨਾਂ ਦੇ ਫੋਰਮ ਨਹੀਂ ਆਏ, ਲੇਕਿਨ ਜਦੋਂ ਇਹਨਾਂ ਦੇ ਫੋਰਮ ਆਉਣਗੇ ਤੇ ਉਸ ਫੋਰਮ ਦੇ ਉੱਤੇ ਖਾਨਾ ਹੋਏਗਾ ਜਿੱਥੇ ਤੁਸੀਂ ਲਿਖ ਸਕੋਗੇ ਕਿ ਕਿਹੜਾ ਟਰੈਕਟਰ ਤੁਸੀਂ ਕਿਹੜੀ ਕੰਪਨੀ ਦਾ ਕਿਹੜਾ ਟਰੈਕਟਰ ਮੁਨਤਖਬ ਕਰਨਾ। ਅੱਛਾ ਅੱਛਾ, ਮਤਲਬ ਉਹ ਆਪਸ਼ਨ ਹੋਏਗਾ ਮੌਜੂਦ ਹੈ ਜੀ? ਬਿਲਕੁਲ। ਤੇ ਕਾਫੀ ਜ਼ਿਮੀਂਦਾਰ ਕਹਿ ਰਹੇ ਹੁੰਦੇ ਨੇ ਕਿਵੇਂ ਅਪਲਾਈ ਕਰਨਾ, ਕਿ ਹੁਣ ਅਸੀਂ ਅਪਲਾਈ ਕਰ ਸਕਦੇ ਹਾਂ ਜਾਂ ਆਏਗੇ ਜੇ ਔਫਰ? ਨਹੀਂ, ਫਿਲਹਾਲ ਆਪਣੀ ਫਰਦ ਓਕੇ ਕਰ ਲੈਣ, ਆਪਣੀ ਸਿਮ ਓਕੇ ਕਰ ਲੈਣ, ਆਪਣਾ ਸ਼ਨਾਖਤੀ ਕਾਰਡ ਜੇ ਐਕਸਪਾਇਰ ਹੈ ਓਕੇ ਕਰ ਲੈਣ। ਅਜੇ ਤੱਕ ਗੌਰਮੈਂਟ ਨੇ ਇਹਦੇ ਫੋਰਮ ਨਹੀਂ ਦਿੱਤੇ। ਅੱਛਾ, ਤੇ ਬਿਹਤਰ ਹੈ ਕਿ ਆਪਣੀ ਹਰ ਸ਼ੈ ਓਕੇ ਕਰਕੇ ਰੱਖਣ ਕਿ ਜਦੋਂ ਫੋਰਮ ਆਏ ਤੇ ਫੌਰੀ ਤੌਰ ਤੇ ਜਮ੍ਹਾਂ ਕਰਾ ਸਕਣ। ਫਿਲਹਾਲ ਫੋਰਮ ਇਹਦੇ ਕਿੱਥੇ ਵੀ ਦਸਤਿਆਬ ਨਹੀਂ ਹੈਗੇ, ਗੌਰਮੈਂਟ ਨੇ ਫੋਰਮ ਨਹੀਂ ਦਿੱਤੇ। ਅੱਛਾ, ਅਗਰ ਇਹ ਸਾਰਾ ਮੁਕੰਮਲ ਹੋ ਜਾਂਦਾ ਤੇ ਜ਼ਮੀਨਦਾਰ ਡੀਲਰ ਨਾਲ ਆਣ ਕੇ ਰਾਬਤਾ ਕਰਨਗੇ? ਨਾ, ਇਹਨਾਂ ਦਾ ਨਿਕਲ ਆਏਗਾ ਤੇ ਉਹਦੇ ਬਾਅਦ ਆਪਣੇ ਮੁਤਲਕਾ ਡੀਲਰ ਦੇ ਕੋਲ ਜਾ ਕੇ ਉਹਦੇ ਨਾਲ ਰਾਬਤਾ ਕਰਨ ਤੇ ਫਿਰ ਉਹ ਟਰੈਕਟਰ ਉਹਨਾਂ ਦਾ ਬੁੱਕ ਕਰ ਦੇਣ। ਅੱਛਾ, ਕੰਪਨੀ ਦੇ ਉਹ ਸਾਰੀ ਡਿਟੇਲ ਵਗੈਰਾ ਦੇ ਦੇ? ਬਿਲਕੁਲ, ਉਹਦੀ ਇੱਕ ਨੋਟੀਫਿਕੇਸ਼ਨ ਇਹਨਾਂ ਨੂੰ ਆਏਗੀ, ਉਹ ਨੋਟੀਫਿਕੇਸ਼ਨ ਲੈ ਕੇ ਤੇ ਡੀਲਰ ਦੇ ਕੋਲ ਆ ਜਾਣ, ਡੀਲਰ ਫਿਰ ਅਗਲੀ ਕਾਰਵਾਈ ਕਰ ਲੈਣਾ। ਜੀ ਭਈਆ, ਬੈਂਕ ਕਿਹੜਿਆਂ ਦੇ ਨਾਲ ਉਹਨਾਂ ਨੇ ਐਡਜਸਟ? ਜੀ, ਬੈਂਕ ਆਫ ਪੰਜਾਬ ਦੇ ਨਾਲ, ਆਪਣੀ ਕਰੀਬੀ ਜਿਹੜੀ ਵੀ ਬ੍ਰਾਂਚ ਹੈ ਬੈਂਕ ਆਫ ਪੰਜਾਬ ਉਹਦੇ ਨਾਲ ਰਾਬਤਾ ਕਰੋਗੇ ਤੁਹਾਡਾ ਕੰਮ। ਅੱਛਾ ਭਾਈ, ਮਜ਼ੀਦ ਆਪਣਾ ਤੁਸੀਂ ਐਡਰੈਸ ਵਗੈਰਾ ਤੇ ਮੋਬਾਈਲ ਨੰਬਰ ਸ਼ੇਅਰ ਕਰ ਦਿਓ ਜੀ। ਜੀ, ਸਾਡਾ ਮੋਬਾਈਲ ਨੰਬਰ ਹੈ 0333-511-4698 ਤੇ ਅਸੀਂ ਲਾਹੌਰ ਦੇ ਵਿੱਚ ਸ਼ੇਖੂਪੁਰਾ ਰੋਡ ਮਿਲਰ ਟਰੈਕਟਰ ਫੈਕਟਰੀ ਦੇ ਸਾਹਮਣੇ ਹੈਗੇ ਹਾਂ ਤੇ ਪਿੰਡੀ ਦੇ ਵਿੱਚ ਪੀਰ ਵਧਾਈ ਮੋੜ 'ਤੇ ਸਾਡਾ ਸ਼ੋਰੂਮ ਹੈ ਸੈਗਲ ਮੋਟਰ ਦੇ ਨਾਂ 'ਤੇ।
ਸਾਈਕਲ ਮੋਟਰ ਸਾਈਕਲ ਮੋਟਰ ਦੇ ਨਾਂ ਤੇ ਠੀਕ 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 ਹੋਗਾ ਜੀ ਓਕੇ ਜੀ ਅੱਲਾ ਹਾਫਿਜ਼